ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬੀ ਗਰੂਵਸ ਤੇ ਇੱਕ ਨਵੀਂ ਵੀਡੀਓ ਦੇ ਰਾਹੀਂ ਇੱਕ ਨਵੀਂ ਅਪਡੇਟ ਅਸੀਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇਹ ਅਪਡੇਟ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਸੰਦ ਕੀਤੀਆਂ ਗਈਆਂ ਫਿਲਮਾਂ ਦੇ ਵਿੱਚੋਂ ਇੱਕ, ਜਾਂ ਕਹਿ ਲਈਏ ਬਾਲੀਵੁੱਡ ਦੀਆਂ ਸਭ ਤੋਂ ਸਕਸੈਸਫੁਲ ਮੂਵੀਜ਼ ਦੇ ਵਿੱਚੋਂ ਇੱਕ। ਗੱਲ ਕਰ ਰਹੇ ਹਾਂ ਫਿਲਮ ਅਰਦਾਸ ਦੀ, ਜੋ ਕਿ 2016 ਦੇ ਵਿੱਚ ਆਈ ਸੀ। ਉਸ ਤੋਂ ਬਾਅਦ 2019 ਦੇ ਵਿੱਚ ਅਸੀਂ ਫਿਲਮ ਅਰਦਾਸ ਕਰਾਂ ਵੀ ਦੇਖੀ, ਅਤੇ ਹੁਣ ਬਹੁਤ ਹੀ ਜਲਦ ਸਾਡੇ ਸਾਹਮਣੇ ਆਉਣ ਵਾਲੀ ਹੈ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ। ਫਿਲਮ ਨੂੰ ਹਾਲ ਹੀ ਦੇ ਵਿੱਚ ਅਨਾਊਂਸ ਕੀਤਾ ਗਿਆ ਹੈ ਅਤੇ ਇੱਕ ਅਨਾਊਂਸਮੈਂਟ ਕਲਿੱਪ ਵੀ ਸਾਡੇ ਸਾਹਮਣੇ ਆਈ ਹੈ। ਉੱਥੇ ਹੀ ਜੇ ਗੱਲ ਕਰੀਏ 2016 ਦੇ ਵਿੱਚ ਆਈ ਫਿਲਮ ਅਰਦਾਸ ਦੀ, ਅਤੇ ਫਿਲਮ ਨੇ ਪੰਜਾਬ ਦੇ ਕਈ ਘਰੇਲੂ ਅਤੇ ਸਮਾਜਿਕ ਮੁੱਦਿਆਂ ਨੂੰ ਚੱਕ ਕੇ ਸਾਡੇ ਸਾਹਮਣੇ ਰੱਖਿਆ ਸੀ, ਅਤੇ 2019 ਦੇ ਵਿੱਚ ਆਈ ਫਿਲਮ ਅਰਦਾਸ ਕਰਾਂ ਨੇ ਬਹੁਤ ਸਾਰੀਆਂ ਗੱਲਾਂ ਜ਼ਿੰਦਗੀ ਦੇ ਬਾਰੇ ਸਾਨੂੰ ਸਮਝਾਈਆਂ, ਅਤੇ ਇੱਕ ਜਨਰੇਸ਼ਨ ਗੈਪ ਜੋ ਕਿ ਪੇਰੈਂਟਸ ਅਤੇ ਬੱਚਿਆਂ ਦੇ ਵਿੱਚ ਪੈ ਜਾਂਦਾ ਹੈ ਉਸਦੇ ਬਾਰੇ ਵੀ ਸਕਰੀਨ 'ਤੇ ਗੱਲ ਕੀਤੀ ਗਈ, ਅਤੇ ਬਹੁਤ ਹੀ ਚੰਗੇ ਤਰੀਕੇ ਨਾਲ ਇਸ ਨੂੰ ਸਮਝਾਇਆ ਗਿਆ। ਦਰਸ਼ਕਾਂ ਵੱਲੋਂ ਫਿਲਮਾਂ ਨੂੰ ਭਰਪੂਰ ਪਿਆਰ ਮਿਲਿਆ। ਇਹ ਦੋ ਫਿਲਮਾਂ ਨੇ ਇੱਕ ਅਲੱਗ ਰਿਕਾਰਡ ਸੈੱਟ ਕੀਤੇ ਅਤੇ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਕੀਤੀ। ਉੱਥੇ ਹੀ ਹੁਣ ਜੇ ਆਉਣ ਵਾਲੀ ਫਿਲਮ ਦੀ ਗੱਲ ਕਰੀਏ, ਜੋ ਕਿ ਅਰਦਾਸ ਸਰਬੱਤ ਦੇ ਭਲੇ ਦੀ, ਅਤੇ ਹੋ ਸਕਦਾ ਹੈ ਇਸ ਫਿਲਮ ਦੇ ਵਿੱਚ ਸਾਨੂੰ ਅੱਜ ਦੇ ਸਰਕਮਸਟਾਂਸਿਸ ਨਾਲ ਰਿਲੇਟਡ ਕੁਝ ਨਾ ਕੁਝ ਦਿਖਾਇਆ ਜਾਵੇ। ਅਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ ਅਤੇ ਬਹੁਤ ਸਾਰੇ ਸਮਾਜਿਕ ਮੁੱਦਿਆਂ ਦੀ ਗੱਲ ਹੋ ਸਕਦੀ ਹੈ। ਉੱਥੇ ਹੀ ਫਿਲਮ ਦੀ ਹੋਰ ਡਿਟੇਲਸ ਦੇ ਬਾਰੇ ਗੱਲ ਕਰੀਏ ਤਾਂ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਵਨ ਐਂਡ ਓਨਲੀ ਮਲਟੀ ਟੈਲੈਂਟਡ ਗਿੱਪੀ ਗਰੇਵਾਲ, ਜਿਨ੍ਹਾਂ ਨੇ ਅਰਦਾਸ ਅਤੇ ਅਰਦਾਸ ਕਰਾਂ ਮੂਵੀ ਨੂੰ ਵੀ ਡਾਇਰੈਕਟ ਕੀਤਾ ਸੀ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ। ਕੋ ਪ੍ਰੋਡਿਊਸ ਕਰ ਰਹੇ ਨੇ ਭਾਨਾ ਐਲ ਏ ਐਂਡ ਵਿਨੋਦ ਆਸਵਾਲ। ਉੱਥੇ ਹੀ ਜੇ ਗੱਲ ਕਰੀਏ ਫਿਲਮ ਦੀ ਸਟਾਰਕਾਸਟ ਦੀ, ਫਿਲਮ ਦੇ ਵਿੱਚ ਸਾਨੂੰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਸਪਨਾ ਪੱਬੀ, ਜਪਜੀ ਖਹਿਰਾ, ਮੇਹਰ ਵਿਜ, ਬੱਬਲ ਰਾਏ, ਯੋਗਰਾਜ ਸਿੰਘ ਜੀ, ਰਘਵੀਰ ਬੋਲੀ ਅਤੇ ਹੋਰ ਕਈ ਆਰਟਿਸਟ ਨਜ਼ਰ ਆ ਸਕਦੇ ਨੇ। ਉੱਥੇ ਹੀ ਜੇ ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਫਿਲਮ ਦਾ ਟਾਈਟਲ ਟਰੈਕ ਇੱਕ ਵਾਰ ਫਿਰ ਤੋਂ ਗਾਉਣ ਵਾਲੇ ਨੇ ਵਨ ਐਂਡ ਓਨਲੀ ਨਛੱਤਰ ਗਿੱਲ, ਜਿਨ੍ਹਾਂ ਨੇ ਪਿਛਲੀਆਂ ਦੋਹਾਂ ਫਿਲਮਾਂ ਦੇ ਟਾਈਟਲ ਟਰੈਕਸ ਨੂੰ ਵੀ ਗਾਇਆ ਸੀ, ਅਤੇ ਦਰਸ਼ਕਾਂ ਨੇ ਇਹਨਾਂ ਦੀ ਆਵਾਜ਼ ਦੇ ਵਿੱਚ, ਇਹਨਾਂ ਸ਼ਬਦਾਂ ਨੂੰ, ਇਹਨਾਂ ਟਰੈਕਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ, ਅਤੇ ਕਾਫੀ ਰੂਹਾਨੀਅਤ ਭਰੇ ਉਹ ਜਿਹੜੇ ਸ਼ਬਦ ਸੀ ਸਾਡੇ ਸਾਹਮਣੇ ਆਏ। ਅਤੇ ਹੁਣ ਇਸ ਫਿਲਮ ਦਾ ਟਾਈਟਲ ਟਰੈਕ ਵੀ ਨਛੱਤਰ ਗਿੱਲ ਹੀ ਗਾਉਣ ਵਾਲੇ ਨੇ। ਵੈਲ, ਤੁਸੀਂ ਕਿੰਨੇ ਐਕਸਾਈਟਡ ਹੋ ਫਿਲਮ ਨੂੰ ਲੈ ਕੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਅਤੇ ਪਿਛਲੀਆਂ ਦੋ ਫਿਲਮਾਂ ਅਰਦਾਸ ਅਤੇ ਅਰਦਾਸ ਕਰਾਂ ਦੇ ਵਿੱਚ ਤੁਹਾਨੂੰ ਕੀ ਸਭ ਤੋਂ ਵੱਧ ਚੰਗਾ ਲੱਗਾ ਸੀ, ਇਹ ਵੀ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਜਿਵੇਂ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਪੰਜਾਬੀ ਗਰੂਵਸ ਦੇ ਜ਼ਰੀਏ ਸਾਂਝੀ ਕਰਾਂਗੇ। ਇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।